ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਆਪਣੇ ਲੰਬੇ ਸਮੇਂ ਤੋਂ ਮੰਗਾਂ ਨੂੰ ਲੈ ਕੇ ਅੱਜ ਤੋਂ ਹੜਤਾਲ ਸ਼ੁਰੂ ਕੀਤੀ ਹੈ, ਜਿਸ ਦੇ ਕਾਰਨ ਸਿਵਲ ਹਸਪਤਾਲ 'ਚ ਮਰੀਜ਼ਾਂ ਨੂੰ ਇਲਾਜ ਲਈ 2-4 ਹੋਣਾ ਪੈ ਰਿਹਾ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨੰਗਲ ਸਿਵਲ ਹਸਪਤਾਲ 'ਚ ਮਰੀਜ਼ ਕਿਸ ਤਰ੍ਹਾਂ ਇਲਾਜ ਕਰਵਾ ਰਹੇ ਨੇ, ਆਪਣੀ ਬਾਰੀ ਦਾ ਇੰਤਜ਼ਾਰ ਕਰ ਰਹੇ ਨੇ, ਪਰ ਡਾਕਟਰ ਹੜਤਾਲ 'ਤੇ ਨੇ ਅਤੇ ਐਸੋਸੀਏਸ਼ਨ ਨੇ 3 ਚਰਣਾਂ ਵਿੱਚ ਹੜਤਾਲ ਕਰਨ ਦਾ ਫੈਸਲਾ ਕੀਤਾ। ਪਹਿਲੀ ਚਰਨ 'ਚ 11 ਤਰੀਕ ਤੋਂ ਸਵੇਰੇ 8 ਤੋਂ 11 ਤੱਕ ਸੇਵਾਵਾਂ ਬੰਦ ਰਹਿਣਗੀਆਂ, ਹਾਲਾਂਕਿ ਕੁਝ ਸੇਵਾਵਾਂ ਜਾਰੀ ਰਹਿਣਗੀਆਂ। ਸੋ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਅਸੀਂ ਜਾਣ ਦੇ ਲਈ ਸਾਡੀ ਪਰਚੀ ਜਮ੍ਹਾਂ ਹੋਈ ਵੀ ਉਹਦੀ ਪਰਚੀ ਲੈ ਲਈ ਅਸੀਂ। ਅੱਛਾ ਹਾਂਜੀ, ਤੇ ਪਰ ਇੱਥੇ ਤਾਂ ਹੜਤਾਲ ਹੈ, ਹੁਣ ਕਿਆ ਕਿਹੜਾ ਕਹਿੰਦੇ ਕਹੋਗੇ ਡਾਕਟਰਾਂ ਦੀ ਹੜਤਾਲ? ਇਲਾਜ ਕਰਾ ਸਕੀਏ ਜਲਦੀ ਜਲਦੀ ਹਾਂ। ਮੇਰਾ ਨਾਮ ਡਾਕਟਰ ਸੁਰਿੰਦਰ ਕੌਰ ਹੈ ਤੇ ਮੈਂ ਪੈਥੋਲੋਜਿਸਟ ਸਿਵਲ ਹਸਪੀਟਲ 'ਚ ਪੋਸਟਡ ਹਾਂ। ਤੇ ਜਿਹੜੀ ਸਾਡੀ ਅੱਜ ਸਟ੍ਰਾਈਕ ਹੋਈ ਹੈ, ਇਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹਦੀ ਡਿਸਕਸ਼ਨ ਉੱਪਰ ਚੱਲ ਰਹੀ ਸੀਗੀ, ਪਰ ਕੋਈ ਹਜੇ ਤੱਕ ਫਰੂਟਫੁੱਲ ਨਹੀਂ ਹੋਇਆ ਸੀ, ਇਸ ਲਈ ਅੱਜ ਇਹ ਸਟ੍ਰਾਈਕ ਜਿਹੜੀ OPD ਬੰਦ ਕੀਤੀ ਗਈ ਹੈ। ਇਸ ਉਹਦੇ ਵਿੱਚ ਮੇਨ ਅਸੀਂ ਹਜੇ 11 ਤਰੀਕ ਤੱਕ 8 ਤੋਂ 11 ਵਜੇ ਤੱਕ OPD ਬੰਦ ਕੀਤੀ ਹੈ, ਬਾਕੀ ਜਿਹੜੀਆਂ ਸਾਰੀਆਂ ਸੇਵਾਵਾਂ ਉਹ ਚੱਲ ਰਹੀਆਂ ਹਨ ਤਾਂ ਕਿ ਮਰੀਜ਼ਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਸ ਸਟ੍ਰਾਈਕ ਦਾ ਮੇਨ ਇਹ ਸੀਗਾ ਕਿ ਕਾਫੀ ਲੰਬੇ ਸਮੇਂ ਤੋਂ ਅਪਰੋਕਸੀਮੇਟਲੀ 4 ਈਅਰਸ ਤੋਂ ਕੋਈ ਵੀ ਡਾਕਟਰ ਜਾਂ ਬਾਕੀ ਸਟਾਫ ਦੀ ਰਿਕਰੂਟਮੈਂਟ ਨਹੀਂ ਹੋਈ, ਜਿਹਦੇ ਕਰਕੇ ਕਾਫੀ ਸਮੇਂ ਤੋਂ ਸਿਹਤ ਸੇਵਾਵਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵਿਤ ਹੋਈਆਂ। ਅਸੀਂ ਵੀ ਲੋਕਾਂ ਨੂੰ ਨਹੀਂ ਉਨੀਆਂ ਸੇਵਾਵਾਂ ਦੇ ਪਾ ਰਹੇ ਜਿੰਨੀਆਂ ਅਸੀਂ ਦੇ ਸਕਦੇ ਹਾਂ, ਹੈ ਤਾਂ ਇਸ ਕਰਕੇ ਕਾਫੀ ਦੇਰ ਤੋਂ ਮੰਗ ਸੀਗੀ ਕਿ ਸਟਾਫ ਦੀ ਭਰਤੀ ਕੀਤੀ ਜਾਵੇ। ਇਸ ਦਾ ਇੱਕ ਸਰਕਾਰ ਦਾ ਵੈਲਕਮ ਸਟੈਪ ਹੈਗਾ ਕਿ ਉਹਨਾਂ ਨੇ 400 ਮੈਡੀਕਲ ਅਫਸਰ ਦੀ ਜਿਹੜੀ ਭਰਤੀ ਹੁਣ ਕੱਢੀ ਆ, ਤੇ ਉਸ ਤੋਂ ਬਾਅਦ ਅਸੀਂ ਚਾਹੁੰਦੇ ਹਾਂ ਕਿ ਬਾਕੀ ਵੀ ਸਟਾਫ ਦੀ ਜਲਦੀ ਤੋਂ ਜਲਦੀ ਜਿਹੜੀ ਹੈਗੀ ਹੈ ਭਰਤੀ ਕੀਤੀ ਜਾ ਸਕੇ। ਤੇ ਇਹਦੇ ਨਾਲ ਹੀ ਸਾਡੀਆਂ ਕਾਫੀ ਚੀਜ਼ਾਂ ਜਿਹੜੀਆਂ ਐਜ਼ ਏ ਡਾਕਟਰ ਸਾਨੂੰ ਪਹਿਲਾਂ ਤਰੱਕੀਆਂ ਮਿਲਦੀਆਂ ਸੀਗੀਆਂ, ਉਹ ਵੀ ਹੁਣ ਜਿਹੜੀਆਂ ਕਿ 6ਵੇਂ ਪੇ ਸਕੇਲ ਦੇ ਵਿੱਚ ਬੰਦ ਹੋ ਗਈਆਂ। ਅਸੀਂ ਇਹ ਚਾਹੁੰਦੇ ਹਾਂ ਕਿ ਉਹ ਵੀ ਬਹਾਲ ਕੀਤੀਆਂ ਜਾ ਸਕਣ ਤਾਂ ਕਿ ਡਾਕਟਰਾਂ ਦਾ ਵੀ ਮੋਰੈਲ ਉੱਚਾ ਰਹੇ ਤੇ ਅਸੀਂ ਆਪਣਾ ਪੇਸ਼ੈਂਟ ਦੀ ਪੇਸ਼ੈਂਟ ਨੂੰ ਵੀ ਵਧੀਆ ਤਰ੍ਹਾਂ ਅਸੀਂ ਸੇਵਾਵਾਂ ਦੇ ਸਕੀਏ। ਤੀਜਾ ਜਿਹੜਾ ਮੋਸਟ ਇੰਪੋਰਟੈਂਟ ਫੈਕਟਰ ਹੈਗਾ ਸਾਡੀ ਸਿਕਿਉਰਿਟੀ, ਕਿਉਂਕਿ ਤੁਸੀਂ ਵੀ ਦੇਖਿਆ ਹੋਣਾ ਕਿ ਕਾਫੀ ਸਮੇਂ ਤੋਂ ਅਲੱਗ ਅਲੱਗ ਹਸਪੀਟਲ ਦੇ ਵਿੱਚ ਜਿਹੜੀਆਂ ਕਿ ਡਾਕਟਰਸ ਦੇ ਵਿੱਚ ਡਾਕਟਰਾਂ ਤੇ ਹਮਲਾ ਹੁੰਦਾ ਹੈ, ਤਾਂ ਸਪੈਸ਼ਲੀ ਐਮਰਜੈਂਸੀ ਦੇ ਵਿੱਚ ਸਾਡੇ ਵੀ ਹਸਪੀਟਲ ਲਾਸਟ ਈਅਰ ਇੱਕ ਇੰਸੀਡੈਂਟ ਹੋਇਆ, ਸਾਡੇ ਡਾਕਟਰ ਸਾਹਿਬ ਸੀਗੇ ਉਹਨਾਂ ਤੇ ਸ਼ਰਾਰਤੀ ਅਨਸਰਾਂ ਵੱਲੋਂ ਅਟੈਕ ਕੀਤਾ, ਤਾਂ ਸੇਮ ਹੀ ਰੀਸੈਂਟਲੀ ਵੀ BBMB ਹਸਪੀਟਲ ਵਿੱਚ ਵੀ ਸੇਮ ਇੱਕ ਇੰਸੀਡੈਂਟ ਹੋਇਆ। ਕਿਉਂਕਿ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਡਾਕਟਰ ਦਾ ਖੁਦ ਮੈਂਟਲੀ ਸਟੇਬਲ ਹੋਣਾ, ਅਗਰ ਉਹ ਸਟੇਬਲ ਹੈ ਕਿ ਸੁਰੱਖਿਅਤ ਮਾਹੌਲ ਵਿੱਚ ਕੰਮ ਕਰਦੇ, ਅਸੀਂ ਹੋਰ ਵੀ ਵਧੀਆ ਮਰੀਜ਼ਾਂ ਨੂੰ ਸੇਵਾਵਾਂ ਦੇ ਸਕਦੇ ਹਾਂ, ਨਹੀਂ ਤਾਂ ਡਾਕਟਰ ਜੇ ਡਰਿਆ ਰਹੂਗਾ ਤਾਂ ਉਹਨੇ ਕੀ ਮਰੀਜ਼ ਨੂੰ ਫਿਰ ਦੇਖਣਾ ਹੈਗਾ। ਅਸੀਂ ਚਾਹੁੰਦੇ ਹਾਂ ਕਿ ਸਿਕਿਉਰਿਟੀ ਤਾਂ ਸਾਡੀ ਬਹੁਤ ਦੇਰ ਤੋਂ ਮੰਗ ਸੀਗੀ, ਪਰ ਇਹ ਨਹੀਂ, ਸਰਕਾਰ ਨੇ ਪਿੱਛੇ ਜਿਹੇ ਚਿੱਠੀਆਂ ਵੀ ਕੱਢੀਆਂ, ਉਹਨਾਂ ਨੇ ਦਿੱਤੀ ਵੀ ਪਰ ਉਹ ਸ਼ਾਇਦ ਇੰਪਲੀਮੈਂਟ ਨਹੀਂ ਹੋ ਪਾਈ, ਅਤੇ ਇਸ ਲਈ ਚਾਹੁੰਦੇ ਹਾਂ ਕਿ ਸਾਨੂੰ ਸਿਕਿਉਰਿਟੀ ਤਾਂ ਬਹੁਤ ਜ਼ਰੂਰੀ ਹੈ ਤਾਂ ਕਿ ਸਾਰਾ ਮਤਲਬ ਭੈਰੇ ਮਾਹੌਲ ਹੋਵੇ ਅਤੇ ਵਧੀਆ ਤੋਂ ਵਧੀਆ ਸੇਵਾਵਾਂ ਲੋਕਾਂ ਨੂੰ ਦਿੱਤੀਆਂ ਜਾ ਸਕਣ, ਕਿਉਂਕਿ ਦੂਰੋਂ ਦੂਰੋਂ ਲੋਕ ਆਉਂਦੇ ਆ, ਸਾਡਾ ਤਾਂ ਏਰੀਆ ਵੀ ਰਿਮੋਟ ਹੈ, ਤਾਂ ਅਸੀਂ ਹੋਰ ਵੀ ਵੱਧ ਤੋਂ ਵੱਧ ਦੇ ਸਕੀਏ ਤੇ ਇਹੀ ਸਾਡੀ ਮੇਨ ਮੰਗ ਹੈ। ਹਾਂ, ਸਾਡੀ ਐਕਚੁਲੀ ਮੇਨ ਤਾਂ PCM ਪੰਜਾਬ ਮੈਡੀਕਲ ਐਸੋਸੀਏਸ਼ਨ ਦੀ ਪ੍ਰੈਜ਼ੀਡੈਂਟ ਹੈਗੇ ਆ ਡਾਕਟਰ ਅਖਿਲ ਸਰੀਨ, ਉਹਨਾਂ ਦੀ ਗਾਈਡੈਂਸ ਦੇ ਵਿੱਚ ਹੀ ਸਾਰੀ ਜਿਹੜੀ ਸਟ੍ਰਾਈਕ ਹੋਈ ਆ, ਤੇ ਬਾਕੀ ਵੀ ਐਵਰੀ ਡਿਸਟ੍ਰਿਕਟ ਦੇ ਵਿੱਚ PCMS ਐਸੋਸੀਏਸ਼ਨ ਦੀ ਪ੍ਰੈਜ਼ੀਡੈਂਟ ਹੈ, ਵਾਈਸ ਪ੍ਰੈਜ਼ੀਡੈਂਟ ਨੇ, ਮੈਂਬਰਸ ਬਣੇ ਆ, ਠੀਕ ਹੈ। ਅਸੀਂ ਤਾਂ ਇਹੀ, ਨੋਬਡੀ ਵਾਂਟ ਸਟ੍ਰਾਈਕ, ਕੋਈ ਵੀ ਨਹੀਂ ਚਾਹੁੰਦਾ, ਇਸ ਤੋਂ ਚਾਹੁੰਦੇ ਕਿ ਛੇਤੀ ਤੋਂ ਛੇਤੀ ਇਹ ਜਿਹੜੀ ਸਾਰਾ ਠੀਕ ਹੋਵੇ ਤੇ ਵਧੀਆ ਤੋਂ ਵਧੀਆ ਸਿਹਤ ਸੇਵਾਵਾਂ ਲੋਕਾਂ ਨੂੰ ਦਿੱਤੀਆਂ ਜਾ ਸਕਣ। ਜੇਕਰ ਕੋਈ ਗੱਲਬਾਤ ਨਾ ਬਣੀ, ਟੇਬਲ ਟੋਕ ਨਾ ਸਹੀ ਢੰਗ ਨਾਲ, ਅਗਲਾ ਸਟੈਪ ਕੀ ਹੈ?
ਅਗਲਾ ਫਿਲਹਾਲ ਤਾਂ ਇਹ ਹੈ ਕਿ ਅਗਰ 11 ਤਰੀਕ ਤੱਕ ਨਹੀਂ ਕੁਛ ਹੁੰਦਾ ਤਾਂ ਉਸ ਤੋਂ ਬਾਅਦ ਫਿਰ OPD ਜਿਹੜੀ ਹੈ ਕੰਪਲੀਟ ਬੰਦ ਕੀਤੀ ਜਾਏਗੀ, ਤਾਂ ਫਿਰ ਉਹ ਬਾਕੀ ਨੈਕਸਟ ਪੜਾ ਜਿੱਦਾਂ ਐਸੋਸੀਏਸ਼ਨ ਡਿਸਾਈਡ ਕਰੇਗੀ ਉਹਦੇ ਅਕੋਰਡਿੰਗ ਹੀ ਹੈ। ਹਾਂ, ਅਸੀਂ ਪਬਲਿਕ ਨੂੰ ਵੀ ਇਹ ਕਹਿ ਰਹੇ ਹਾਂ ਕਿ ਸਟ੍ਰਾਈਕ ਦੇ ਵਿੱਚ ਸਾਡਾ ਪੂਰਾ ਸਪੋਰਟ ਦਿਓ, ਤਾਂ ਕਿ ਅਸੀਂ ਵੀ ਜਿਹੜੀਆਂ ਵੀ ਸਾਡੀਆਂ ਮੰਗਾਂ ਛੇਤੀ ਤੋਂ ਛੇਤੀ ਪੂਰੀਆਂ ਹੋਣ, ਅਤੇ ਅਸੀਂ ਵੀ ਫਟਾਫਟ ਆਪਣੀ ਜਿਹੜੀ ਹੈਗੀ ਆ OPD ਬਹਾਲ ਕਰੀਏ। ਅਸੀਂ ਵੀ ਨਹੀਂ ਚਾਹੁੰਦੇ ਕਿ ਕੋਈ ਵੀ ਸਾਡਾ ਮਰੀਜ਼ ਜਿਹੜਾ ਹਰਾਸ ਹੋਵੇ, ਕਿਉਂਕਿ ਬਹੁਤ ਦੂਰੋਂ ਮਰੀਜ਼ ਆਉਂਦੇ ਅਤੇ ਉਹਨੂੰ ਕੁਛ ਮਤਲਬ ਇੱਥੇ ਨਹੀਂ ਅਸੀਂ ਦੇਖਦੇ, ਸਾਨੂੰ ਵੀ ਬੁਰਾ ਲੱਗਦਾ ਹੈ। ਤਾਂ ਅਸੀਂ ਵੀ ਚਾਹੁੰਦੇ ਹਾਂ ਕਿ ਉਹ ਵੀ ਸਾਡਾ ਸਾਥ ਦੇਣ ਇਸ ਸੰਘਰਸ਼ ਦੇ ਵਿੱਚ, ਤਾਂ ਕਿ ਫਰੂਟਫੁੱਲ ਸੰਘਰਸ਼ ਹੋ ਸਕੇ। ਸਰਕਾਰ ਨੂੰ ਵੀ ਇਹੀ ਕਹਿੰਦੇ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਕੰਸਿਡਰ ਕੀਤਾ ਜਾਏ ਔਰ ਸਟ੍ਰਾਈਕ ਖਤਮ ਕੀਤੀ ਜਾਏ। ਥੈਂਕ ਯੂ। ਸਰ, ਆਪਣਾ ਪਹਿਲਾ ਨਾਮ ਦੱਸੋ। ਮੇਰਾ ਨਾਮ ਡਾਕਟਰ ਪਰਮ ਪ੍ਰਤਾਪ ਸਿੰਘ। ਮੈਂ ਅੱਜ ਪੂਰੇ ਪੰਜਾਬ ਦੇ ਵਿੱਚ OPD ਦੀ ਸਟ੍ਰਾਈਕ ਕੀਤੀ ਗਈ ਹੈ, ਕਿਆ ਕਾਰਨ ਹੈ, ਕਿਹੜੀ ਕਿਹੜੀ ਗੱਲਾਂ ਲੈ ਕੇ ਸਰ? ਮੇਨ ਸਾਡੀਆਂ ਜਿਹੜੀਆਂ ਮੁੱਖ ਦੋ ਮੰਗਾਂ ਹੀ ਆ, ACP ਨੂੰ ਲੈ ਕੇ, ਜਿਹੜੇ ਅਸ਼ਿਓਰਡ ਕੈਰੀਅਰ ਪ੍ਰੋਗਰਾਮ ਡਾਕਟਰਸ ਲਈ ਪਹਿਲੇ ਸਕੀਮ ਸੀ, 4 ਸਾਲਾਂ 9 ਸਾਲਾਂ ਵੀ ਆਪਾਂ ਇਹਨੂੰ ਕਹਿੰਦੇ ਸੀ, ਜਿਹਦੇ ਅੰਡਰ ਸਾਨੂੰ ਜਿਹੜੀ ਹੈ ਮਤਲਬ ਤਰੱਕੀ ਮਿਲਦੀ ਸੀ ਹਰ 4 ਸਾਲਾਂ 9 ਸਾਲਾਂ ਅਤੇ ਅੱਗੇ ਵੀ ਔਨ ਸਬਸੀਕੁਐਂਟ ਈਅਰਸ। ਇੱਕ ਮੇਨ ਮੰਗ ਇਹ ਹੈ ਸਾਡੀ। ਦੂਸਰੀ ਜਿਹੜੀ ਮੇਨ ਮੰਗ ਹੈ ਉਹ ਸਿਕਿਉਰਿਟੀ ਨੂੰ ਲੈ ਕੇ ਆ ਸਾਡੀ। ਕਾਫੀ ਦੇਰ ਤੋਂ ਰਹੀ ਹੈ ਸਾਡੀ ਮੰਗ, ਪਰ ਅਜੇ ਤੱਕ ਜਿਹੜੀ ਪੂਰੀ ਨਹੀਂ ਹੋ ਪਾਈ। ਫਿਲਹਾਲ ਤਾਂ ਅਜੇ 12 ਤਰੀਕ ਤੱਕ ਜਿਹੜਾ ਹੈਗਾ ਉਹ 11 ਤਰੀਕ ਤੱਕ ਜਿਹੜਾ ਹੈ ਸਿਰਫ 8 ਤੋਂ 11, ਉਸ ਤੋਂ ਬਾਅਦ ਫਿਰ ਅੱਗੇ ਵੱਧ ਵੀ ਸਕਦੀ ਹੈ। ਫਿਲਹਾਲ ਤਾਂ ਸਿਰਫ ਜਿਹੜੀ OPD ਬੰਦ ਰਹੇਗੀ, ਲੋਕਾਂ ਨੂੰ ਮਤਲਬ ਜਿਹੜੇ ਸੱਚੀ ਪਰੇਸ਼ਾਨ ਹੈ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ, ਇਸ ਲਈ ਫਿਲਹਾਲ ਜਿਹੜੀ ਐਮਰਜੈਂਸੀ ਖੁੱਲ੍ਹੀ ਰਹੇਗੀ।